ਦੁਖਾਂ ਤੇ ਹੈ ਕਿ ਉਹਨਾਂ ਨੇ ਲੋਕਾਂ ਨੂੰ ਗੁੰਮਰਾਹ ਕੀਤਾ ਸਚਾਈ ਦੇ ਨੇੜੇ ਤੇੜੇ ਵੀ ਨਹੀਂ ਗਏ ਹੋ ਬਜ਼ੁਰਗਾਂ ਦੇ ਕਹੇਨ ਮੁਤਾਬਿਕ ਜੀ ਅਸੀਂ ਜਿਹੋਨੇ ਮੌੜ ਦਾ ਜਨਮ ਸਨ 1860 ਚ ਕੱਢਿਆ ਡਾਕੂ ਬਣਨ ਦਾ ਕਾਰਨ ਸੀ ਸਰੋਂ ਦਾ ਸਾਗ ਲੰਮੂ ਉਹ ਕਹਿ ਗਿਆ ਜਾਂਦਾ ਜਾਂਦਾ ਜੀ ਕਹਿੰਦਾ ਵੀ ਅੱਜ ਤੋਂ ਮੈਂ ਤਾਂ ਪਿੰਡ ਆਉਂਦਾ ਨਹੀਂ ਮੈਂ ਤਾਂ ਇਹੀ ਕੰਮ ਕਰੂੰਗਾ ਚੰਡੀ ਦੀ ਵਾਰ ਜਵਾਨੀ ਜਾਸ ਸੀ ਕੰਠਰਸ ਤੇ ਸੀ ਜਿਹੋਨੇ ਮੌੜ ਦੇ ਠੀਕ ਹੈ ਜੀ ਰੇ ਨਾਲ ਤਾਂ ਉਹਨਾਂ ਪੜ ਬਣਾਤਾ ਨਾ ਪੁਰਮুখী ਪੜ ਵੀ ਸਕਦਾ ਸੀ ਲਿਖ ਵੀ ਸਕਦਾ ਸੀ ਜਿਹੜੀ ਚਿੱਠੀ ਲਿਖੀ ਅ ਦੋਗਰ ਨੂੰ ਉਹ ਜੋਣੇ ਮੋੜ ਨੇ ਆਪ ਹੀ ਲਿਖੀ ਸੀ ਜਿਹੜਾ ਉਹਨਾਂ ਦਿਨਾਂ 'ਚ 500 ਰੁਪਏ ਨਕਦੇ ਨਾਮ ਲੱਖਾਂ ਵਰਗਾ ਸੀ ਅਜਿੰਦੇ ਵਰਗਾ ਜੀ 500 ਰੁਪਏ ਨਕਦੇ ਨਾਮ ਤੇ ਸੋਨੇ ਦੇ ਕੰਗਣਾਂ ਦੀ ਜੋੜੀ ਜਿਹੜਾ ਕਿਸੇ ਨੇ ਉਹਨੂੰ ਗ੍ਰਿਫਤਾਰ ਕਰਵਾਵੇ ਕਿਸ਼ਨੀ ਦੀ ਇਸ ਕਮਜੂਰੀ ਦਾ ਫਾਇਦਾ ਉਠਾਇਆ ਡੋਗਰ ਨੇ ਇੱਕ ਦਿਨ ਸ਼ਰਾਬ ਪਿਲਾ ਕੇ ਮਧੋਹਸ਼ ਬਣਾ ਕੇ ਮੰਜੇ ਤੇ ਲਟਾ ਗਿਆ ਜੇ ਤੂੰ ਵੀਰ ਮੇਰਾ ਵੈਰ ਲੈ ਲੈ ਡੋਗਰ ਤੋਂ ਉਹਦਾ ਦਿਨ ਸ਼ਿਭੜ ਤੋਂ ਪਹਿਲਾਂ ਮਾਰਨਾ ਹੈ ਇਹ ਵੀ ਪਰਨ ਕੀਤਾ ਉਹਨੇ ਬੰਦੂਕ ਦੀ ਲੀਕ ਮਾਰ ਕੇ ਕਹਿੰਦਾ ਜਿਹੜਾ ਨੇ ਜਿਹੜਾ ਨੇ ਮੇਰੇ ਨਾਲ ਚੱਲਣਾ ਹੈ ਉਹ ਇਧਰਲੇ ਪਾਸੇ ਆਜੋ ਯਾਤਰੀ ਨੇ ਨਾਮ ਵੀ ਦੱਸੇ ਵੀ ਸੀ ਕਿਹੜੇ-ਕਿਹੜੇ ਗਏ ਮਾਰਨ ਡੋਗਰ ਨੂੰ ਦੋ ਗਾਗਰਾਂ ਸੋਨੇ ਚਾਂਦੀ ਦੀਆਂ ਭਰਤੀਆਂ ਰੋਟੀ ਨਹੀਂ ਖਾਂਦਾ ਸੀ ਜਦੋਂ ਕਿਸੇ ਦਾ ਦੁੱਖ ਸੁਣਨਾ ਦੇ ਦੀ ਜੌਣੇ ਮੋੜ ਹੱਸੀ ਗੱਲ ਦੋਸਤੋ ਅੱਜ ਅਸੀਂ ਪਹੁੰਚੇ ਜੀ ਜੌਣੇ ਮੋੜ ਦੇ ਪਿੰਡ ਮੋੜਾਂ ਦੇ ਵਿੱਚ ਤੇ ਜਵੇਂ ਅਕਸਰ ਤੁਸੀਂ ਸਾਰੇ ਦੋਸਤਾਂ ਨੇ ਜੌਣੇ ਮੋੜ ਦੀ ਮੂਵੀ ਦੇਖੀ ਹੋਣੀ ਆ ਪੰਜਾਬੀ ਫਿਲਮਾਂ ਦੇ ਵਿੱਚ ਵੀ ਆਇਆ ਤੇ ਕਾਫੀ ਨਾਟਕ ਵੀ ਬਣੇ ਨੇ ਸਟੋਰੀਆਂ ਵੀ ਬਣੀਆਂ ਤੇ ਬਹੁਤ ਸਾਰੇ ਅਖਬਾਰਾਂ ਦੇ ਵਿੱਚ ਵੀ ਪ੍ਰਕਾਸ਼ਿਤ ਹੋਇਆ ਪਰ ਅਸਲ ਸੱਚ ਤੋਂ ਲੋਕਾਂ ਨੂੰ ਵਾਂਝੇ ਰੱਖਿਆ ਗਿਆ ਅਸਲ ਸੱਚ ਅੱਜ ਆਪਾਂ ਜਾਣਾਂਗੇ ਮਾਸਟਰ ਭੀਮ ਸਿੰਘ ਜੀ ਆਪਣੇ ਨਾਲ ਨੇ ਤੇ ਜਿਨ੍ਹਾਂ ਨੇ ਮਤਲਬ ਆਪਣੇ ਬਜ਼ੁਰਗਾਂ ਤੋਂ ਇਹ ਸਟੋਰੀ ਗੈਟ ਕੀਤੀ ਆ ਤੇ ਉਹ ਆਪਣੇ ਨਾਲ ਸਾਂਝੀ ਕਰਨਗੇ ਸਤਿਕਾਰ ਜੀ ਸਤਿਕਾਰ ਜੀ ਮਾਸਟਰ ਸਾਹਿਬ ਸਭ ਤੋਂ ਪਹਿਲਾਂ ਤਾਂ ਆਪਣਾ ਪੂਰਾ ਨਾਮ ਤੇ ਆਪਾਂ ਕਿਹੜੇ ਪਿੰਡ ਬੈਠੇ ਆ ਜੀ ਜੀ ਪਿੰਡ ਦਾ ਆਪਾਂ ਜਿਉਣੇ ਵਾਲੇ ਮੋੜ ਬੈਠੇ ਆ ਬਾਉਣਾ ਪਿੰਡ ਜੀ ਜ਼ਿਲ੍ਹਾ ਸੰਗਰੂਰ ਜੀ ਕਿਉਂਕਿ ਮੋੜਾਂ ਕਈ ਨੇ ਚੱਕਰ ਪੈ ਜਾਂਦਾ ਇਹ ਚੱਕਰ ਪੈ ਜਾਂਦਾ ਸੋਨੇ ਮੋੜ ਦਾ ਪਿੰਡ ਜ਼ਿਲ੍ਹਾ ਸੰਗਰੂਰ ਚ ਇੱਕੋ ਮੋੜਾ ਨੇ ਇੱਕੋ ਹੀ ਮੋੜਾ ਜੀ ਹਾਂ ਜੀ ਵੀਰ ਸ਼ਰਮਾ ਮਾਸਟਰ ਭੀਮ ਮਾਊੜ ਜੀ ਐ ਵੈਸੇ ਨਾਮ ਜਾਣਦੀ ਹਾਂ ਆਪ ਜੀ ਜੀ ਤੇ ਜੇ ਗੱਲ ਕਰੀਏ ਜੀ ਮਤਲਬ ਬਹੁਤ ਸਾਰੀਆਂ ਸਟੋਰੀਆਂ ਬੜੀਆਂ ਨੇ ਜੌਣੇ ਮੋੜ ਤੇ ਪਰ ਅਸਲ ਸਟੋਰੀ ਹੈ ਜਿਹੜੀ ਉਹ ਪਿੰਡ ਦੇ ਹਿਸਾਬ ਨਾਲ ਤਾਂ ਬਹੁਤ ਕਿਤੇ ਕਹਿ ਦੀ ਵੀ ਉਲਝਣ ਚ ਹੈ ਜੀ ਬਹੁਤ ਫਰਕ ਹੈ ਬਿਲਕੁਲ ਜੀ ਤੇ ਇਹਦੀ ਸ਼ੁਰੂਆਤ ਕਰੀਏ ਆਪਾਂ ਜੌਣੇ ਮੋੜ ਦੀ ਸਟੋਰੀ ਕਿੱਥੋਂ ਸ਼ੁਰੂ ਹੁੰਦਾ ਜੀ ਦੇਖੋ ਸਾਨੂੰ ਮਾਊੜਾਂ ਦੇ ਲੋਕਾਂ ਨੂੰ ਬੜਾ ਅ ਦੁੱਖ ਰਿਹਾ ਜੀ ਬੜਾ ਗਿਲਾ ਰਿਹਾ ਜੀ ਫਿਲਮ ਬਣਾਉਣ ਵਾਲੇ ਨੇ ਗੀਤ ਲਿਖਣ ਵਾਲਿਆਂ ਵਾਸਤੇ ਗੀਤ ਗਾਉਣ ਵਾਲਿਆਂ ਵਾਸਤੇ ਚਲੋ ਗੀਤ ਲਿਖਣ ਵਾਲੇ ਨੇ ਲਿਖੀ ਦਿੱਤਾ ਗਾਉਣ ਵਾਲੇ ਨੇ ਉਸੇ ਤਰ੍ਹਾਂ ਗਾ ਦਿੱਤਾ ਗਾ ਦਿੱਤਾ ਜੀ ਹਾਂ ਜੀ ਫਿਲਮਾਂ ਵਾਲੇ ਫਿਲਮਾਂ ਬਣਾਉਂਦੇ ਰਹੇ ਜੀ ਤੇ ਕਲਾਬ ਤਾਂ ਸਾਨੂੰ ਹੋਇਆ ਜੀ ਵੀ ਉਹਨਾਂ ਨੇ ਮੈਂ ਧੰਨਵਾਦ ਵੀ ਕਰਦਾ ਮਨੋਮਨੀ ਜੀ ਵੀ ਉਹਨਾਂ ਨੇ ਸਾਡੇ ਜਿਉਣੇ ਮੋੜ ਦਾ ਮਾਲਵੇ ਦੇ ਲੋਕ ਨਾਇਕ ਦਾ ਨਾਮ ਦੁਨੀਆ ਜੇ ਪੇਹੇ ਦਿੱਤਾ ਪੇਹੇ ਦਿੱਤਾ ਬੱਚੇ ਬੱਚੇ ਕੋਲੇ ਜਿਉਣੇ ਮੌੜ ਜਾ ਰਿਹਾ ਹਾਂਜੀ ਇਹ ਗੱਲੋਂ ਦਾ ਧੰਨਵਾਦ ਹੈ ਇਹ ਗੱਲੋਂ ਧੰਨਵਾਦ ਆ ਵੀ ਲੋਕਾਂ ਨੂੰ ਪਤਾ ਲੱਗਾ ਦੀ ਗੱਲ ਇਹ ਐ ਦੁਕਾਨ ਤੇ ਐ ਕਿ ਉਹਨਾਂ ਨੇ ਲੋਕਾਂ ਨੂੰ ਗੁੰਮਰਾਹ ਕੀਤਾ ਸਚਾਈ ਦੇ ਨੇੜੇ ਤੇੜੇ ਵੀ ਨਹੀਂ ਗਏ ਅੱਛਾ ਨੇੜੇ ਤੇੜੇ ਵੀ ਨਹੀਂ ਗਏ ਨੇੜੇ ਤੇੜੇ ਕੀ ਮੌਣੀ ਵੀ ਨਹੀਂ ਆਏ ਠੀਕ ਹੈ ਜੀ ਇੱਕ ਵਾਰ ਵੀ ਪਿੰਡ ਚੋਂ ਲੋਕਾਂ ਨਾਲ ਜਿਉਂ ਆਪ ਮੁਲਾਕਾਤ ਕਰ ਰਹੇ ਹੋ ਹੋਰ ਬਹੁਤ ਸਾਰੇ ਮੇਰੇ ਨਾਲ ਮੁਲਾਕਾਤ ਜਿਉਂੇ ਮੌੜ ਦੇ ਆਧਾਰ ਤੇ ਕਰਕੇ ਗਏ ਠੀਕ ਹੈ ਜੀ ਕੋਈ ਉਹਨਾਂ ਨੇ ਕਸ਼ਟ ਨਹੀਂ ਕਰਿਆ ਠੀਕ ਹੈ ਜੀ ਵਿਕਰ ਟੋਗਾ ਦੇ ਵੀ ਚੱਲਾ ਪਿੰਡ ਚੋਂ ਚਾਰ ਬਜ਼ੁਰਗਾਂ ਨੂੰ ਪੁੱਛਿਆ ਹਨ ਜੀ ਆਏ ਨਹੀਂ ਠੀਕ ਹੈ ਜੀ ਇਹ ਸੱਚ ਤੋਂ ਲੋਕਾਂ ਨੂੰ ਅ ਬੰਚਤ ਰੱਖਿਆ ਠੀਕ ਹੈ ਜੀ ਜੀ ਬਜ਼ੁਰਗੋ ਜਿਵੇਂ ਤੁਸੀਂ ਦੱਸਿਆ ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਜੀ ਜੀ ਇਹ ਗੱਲ ਕਦੋਂ ਕਦੀ ਹੋਊਗੀ ਜੌਣੇ ਮੋੜ ਦਾ ਜਨਮ ਤੇ ਉਹਦੇ ਪਰਿਵਾਰ ਬਾਰੇ ਆਪਾਂ ਜੇ ਬਜ਼ੁਰਗਾਂ ਦੇ ਕਹਿਣ ਮੁਤਾਬਿਕ ਜੀ ਅਸੀਂ ਜੌਣੇ ਮੋੜ ਦਾ ਜਨਮ ਸਨ 1860 ਚ ਕੱਢਿਆ 1860 ਹਾਂ ਜੀ ਠੀਕ ਹੈ ਜੀ ਹਾਂਜੀ ਪਹਿਲਾਂ ਗੱਲ ਕਰੀਏ ਕਿਛਨੇ ਬਾਰੇ ਜੀ ਉਹ ਡਾਕੂ ਕਿਵੇਂ ਬਣਿਆ ਜੀ ਹਾਂਜੀ ਉਹਦੇ ਡਾਕੂ ਬਣਨ ਦਾ ਕਾਰਨ ਸੀ ਸਰੋਂ ਦਾ ਸਾਗ ਅੱਛਾ ਜੀ ਹਾਂ ਇਹਨਾਂ ਦੀ ਭੈਣ ਵਿਸ਼ਨੂ ਇੱਥੇ ਨਾ ਇੱਕ ਸਰਦਾਰ ਹੁੰਦਾ ਜੀ ਉਹਦਾ ਨਾਮ ਸੀ ਵਾਸudev ਚੰਗਾ ਬੰਦਾ ਨਹੀਂ ਸੀ ਬਹੁਤ ਮੱਖੀ ਚੂਸ ਸੀ ਬਹੁਤ ਕੰਜੂਸ ਸੀ ਜੀ ਬਹੁਤ ਚੀਪੜ ਠੀਕ ਹੈ ਜੀ ਰਾਂ ਨਹੀਂ ਪੈਸਾ ਜਾਣ ਦਿੰਦਾ ਸੀ ਠੀਕ ਹੈ ਜੀ ਤੇ ਸਰਦਾਰ ਸੀ ਲੋਕ ਉਹਨੂੰ ਬਾਦੇਵ ਵੀ ਕਹਿਣ ਲੱਗੇ ਤੇ ਬਾਦੇਵ ਬਾਦੇਵ ਸਤਿਕਾਰ ਨਹੀਂ ਸੀ ਲੋਕਾਂ ਚੋਂ ਦਾ ਠੀਕ ਹੈ ਜੀ ਉਹਦੇ ਖੇਤ ਚੋਂ ਉਹਦੇ 4200 ਬਿਗੇ ਪੌਂਸੀ ਸਾਢੇ ਪਿੰਡ ਚ ਠੀਕ ਹੈ ਜੀ ਲਗਭਗ 4200 ਬਿਗੇ ਹੁਣ ਸਾਡੇ ਲੋਕਾਂ ਕੋਲ ਹੀ ਉਹ ਪੱਤੀ ਦੀ ਜ਼ਮੀਨ ਬਚਦੀ ਹੈ ਸਾਡੇ ਅ ਮਰਬਾਬੰਦੀ ਨਹੀਂ ਹੋਈ ਇਸੇ ਕਰਕੇ ਠੀਕ ਹੈ ਜੀ ਤੇ ਉਹਦੇ ਸਰੋਂ ਦਾ ਸਾਗ ਕਿਹਨੂੰ ਤੋੜ ਲਈ ਐਡਵਿਸ਼ਨ ਅੱਛਾ ਜੀ ਉਹਨੂੰ ਲੱਗ ਗਿਆ ਪਤਾ ਭੈਣ ਨੇ ਐ ਤਪਲੇ ਵਿੱਚ ਪਾ ਕੇ ਨਾ ਸਾਗ ਰਿਜਣਾ ਦਾ ਰੱਖਿਆ ਰਿਨਾ ਤਾਂ ਰੱਖਿਆ ਹਾਂਜੀ ਸਾਗ ਰਿਜ ਰਿਹਾ ਠੀਕ ਹੈ ਜੀ ਸਰਦਾਰ ਨੂੰ ਦੱਸਦਾ ਕਿਸੇ ਨੇ ਵੀ ਥੋੜੇ ਸਾਗ ਤੋੜ ਲਈ ਠੀਕ ਹੈ ਨਾ ਉਹਦੀ ਭੈਣ ਆਇਆ ਜਲਿਆ ਬਲਿਆ ਆਇਆ ਉਹ ਖੜਕੂਗੇ ਮਲੰਗੋ ਹੱਬਦਾ ਵੀ ਜਲਿਆ ਕਰੋ 100 ਬਿਗੇ ਕੋਈ ਅੱਗ ਲੱਗਦੀ ਐ ਖੇਤੀ ਕਰ ਲਿਆ ਕਰੋ ਵਿਲੇ ਫਰੀ ਜਾਂਦੇ ਹੋ ਹਾਂਜੀ ਉਦੋਂ ਇੰਨਾ ਚੋ ਹੈ ਨਹੀਂ ਸੀ ਕੋਈ ਕਿਸ਼ਨਾ ਘਰੇ ਨਹੀਂ ਸੀ ਘਰੇ ਨਹੀਂ ਹੈਗਾ ਸੀ ਕੋਈ ਹਾਂਜੀ 25 26 ਸਾਲਾਂ ਦੀ ਉਮਰ ਦੀ ਸੀ ਉਹਦਾ ਕੁਛ ਐ ਵੀ ਠੀਕ ਹੈ ਜੀ ਤੇ ਖੜਕੂਗੇ ਮਲੰਗ ਠੀਕ ਹੈ ਜੀ ਐ ਕਿਹਾ ਮੇਣਾ ਮਾਰ ਗਿਆ ਮੇਣਾ ਮਾਰ ਗਿਆ ਤੇ ਰਿਜ ਦਾ ਰਿਜ ਦਾ ਸਾਗ ਲੈ ਗਿਆ ਚਕਵਾ ਕੇ ਨੁਕਰ ਤੋਂ ਠੀਕ ਹੈ ਜੀ ਵੀ ਚੱਕੋ ਇਹਨਾਂ ਨੂੰ ਵੀ ਸਾਗ ਇਹ ਲੈ ਚਲੋ ਠੀਕ ਹੈ ਜੀ ਇਸ ਤਰ੍ਹਾਂ ਦੀ ਬਣੀ ਜੀ ਜਦੋਂ ਕਿਸ਼ਨਾ ਘਰੇ ਆਇਆ ਵਿਸ਼ਨੂੰ ਦਾਸਤਾ ਜੀ ਵੀਰ یوں ਕਹੇ ਸਰਦਾਰ ਨਾਲੇ ਸਾਗ ਵਾਲਾ ਤਪਲਾ ਸਰ ਨਾਲ ਹੀ ਲੈ ਗਿਆ ਨਾਲ ਹੀ ਲੈ ਗਿਆ ਚਗਵਾ ਕੇ ਉਠਾ ਸਿੱਧਾ ਖੜਕੂ ਕੇ ਮਲੰਗ ਕਹਿ ਗਿਆ ਆਪਣਾ ਠੀਕ ਹੈ ਜੀ ਇੰਨਾ ਚੱਲਦਾ ਨਹੀਂ ਸੀ ਬਹੁਤ ਅਣਖੀ ਜੱਟ ਸੀ ਜਿਹਨ ਖੀਲਾ ਜਿਵੇਂ ਤੁਸੀਂ ਦੱਸਿਆ ਪਹਿਲਾਂ ਬਸ ਨਾਲ ਦੀ ਨਾਲ ਮਗਰ ਗਿਆ ਠੀਕ ਹੈ ਜੀ ਜਾ ਕੇ ਸਰਦਾਰ ਨੂੰ ਕੁੱਟ ਕੇ ਸਰਦਾਰੀ ਦੇ ਗਹਿਣੇ ਟੂਮਾ ਲੁੱਟ ਕੇ ਜੀ ਪਿੰਡੋਂ ਨਿਕਲ ਗਿਆ ਪਿੰਡ ਛੱਡ ਤਾਂ ਪਿੰਡ ਛੱਡ ਤਾਂ ਕਹਿ ਗਿਆ ਧਿਆਨ ਸਿੰਘ ਮੱਲ ਨੂੰ ਉਹ ਕਹਿ ਗਿਆ ਜਾਂਦਾ ਜਾਂਦਾ ਕਹਿੰਦਾ ਵੀ ਅੱਜ ਤੋਂ ਮੈਂ ਤਾਂ ਪਿੰਡ ਆਉਂਦਾ ਨਹੀਂ ਮੈਂ ਤਾਂ ਇਹੀ ਕੰਮ ਕਰੂੰਗਾ ਠੀਕ ਹੈ ਜੀ ਮੈਂ ਡਾਕੂ ਆ ਜੀ ਅੱਜ ਤੋਂ ਕਰੂੰਗਾ ਠੀਕ ਹੈ ਜੀ ਸਾਡੇ ਘਰੇ ਸੁਨੇਹਾ ਲਾ ਦੀ ਵੀ ਉਹ ਨਹੀਂ ਮੁੜਦਾ ਕਿਸਣਾ ਤੇ ਪਿੰਡ ਹਰਿਆਊ ਜਾ ਢੋਗਰ ਨਾਲ ਪੱਗ ਵਟਾਈ ਐ ਕਿਸਣਾ ਕਿਸਣਾ ਕਿਸਨੇ ਡਾਕੂ ਨੇ ਕਰਵਾਈ ਐ ਇੰਦੀ ਸਰਕਾਰ ਦੇ ਭਾਅ ਦੀ ਬੁਣਾਤੀ ਇੰਨੀ ਚੜਾਈ ਹੋਈ ਕਿਸਨੇ ਦੀ ਬੱਲੇ ਬੱਲੇ ਹੋ ਗਈ ਸਾਰੇ ਬੱਲੇ ਬੱਲੇ ਹੋ ਗਈ ਜਦੋਂ ਬੱਲੇ ਬੱਲੇ ਹੋਈ ਦੇਖੀ ਹਰਿਆਊ ਦਾ ਸਰਦਾਰ ਸੀ ਅਹਿਮਦ ਡੋਗਰ ਨਾ ਕਿ ਡਸਕੇ ਦਾ ਠੀਕ ਹੈ ਜੀ ਕੱਲੇ ਹਰਿਆਊ ਹਾ ਠੀਕ ਹੈ ਜੀ ਉਹਨੇ ਵਿਖਾਈ ਜਵਾਨ ਠੀਕ ਹੈ ਚੜਾਈ ਹੈ ਵਿਚਾਰੇ ਵਸੇ ਇਹਨੂੰ ਮਿੱਤਰ ਬਣਾ ਕੰਮ ਲਾਵਾਂਗੇ ਤੂੰ ਇਹਨੂੰ ਵਰਤਾਂਗੇ ਜਿਵੇਂ ਅੱਜਕੱਲ ਸਰਕਾਰਾਂ ਵਰਤਦੀਆਂ ਨੇ ਨੀਤੀ ਵਰਤੀ ਸਿਆਸੀ ਬੰਦਾ ਠੀਕ ਹੈ ਜੀ ਬਰਤਾਂਗੇ ਇਹਨੂੰ ਜੀ ਉਹਦੇ ਘਰੇ ਪੱਗ ਬਟਾ ਲਈ ਪੱਗ ਬਟਾ ਉਹਦੇ ਘਰੇ ਸਾਡੇ ਬਜ਼ੁਰਗਾਂ ਨੇ ਦੱਸਿਆ ਦੋ ਗਾਗਰਾਂ ਸੋਨੇ ਚਾਂਦੀਆਂ ਭਰਤੀਆਂ ਭਰਤੀਆਂ ਜੀ ਤੇ ਇੱਕ ਪੇਟੀ ਛੋਟੀ ਬੇਟੀ ਹੋਣੀ ਠੀਕ ਹੈ ਜੀ ਦੋ ਬੇਟੀਆਂ ਜਿਹੇ ਜਿਹੇ ਬਜ਼ੁਰਗ ਉਹਨਾਂ ਦੀਆਂ ਪੇਟੀਆਂ ਹੁੰਦੀਆਂ ਹਾਂ ਵੀ ਉਹ ਵੀ ਭਰਤੀ ਸੋਨੇ ਚਾਂਦੀ ਦੀ ਉਹ ਵੀ ਸੋਨੇ ਚਾਂਦੀ ਦੀ ਗਾਗਰਾਂ ਜਰੂਰ ਦੱਸਿਆ ਵੀ ਦੋ ਸੌ ਸੋਨੇ ਚਾਹੀਦੀ ਗਾ ਕਰਾ ਇੱਕ ਬਜੂ ਗੋਨੇ ਪੇਟੀਆਂ ਵੀ ਤੁਸੀਂ ਠੀਕ ਹੈ ਜੀ ਤੇ ਡੋਗਰ ਦੀ ਨੀਤ ਬਦਨੀਤ ਹੋ ਗਈ ਜਦੋਂ ਇਕੱਠਾ ਕਰ ਲਿਆ ਵੀ ਸਮਾਨ ਬਹੁਤ ਹੋ ਰਿਹਾ ਇੱਕ ਹੋਰ ਹੋਈ ਅੰਗਰੇਜ਼ ਸਰਕਾਰ ਨੇ ਜਦੋਂ ਜਿਆਦਾ ਚੜਾਈ ਹੋ ਗਈ ਨਕ ਚ ਦਮ ਕਰਤਾ ਜਿਆਦਾ ਕਿਸਨਾ ਚੜ ਗਿਆ ਸਰਕਾਰ ਦੇ ਜਦੋਂ ਪੂਰਾ ਨਕ ਚ ਨਾਮ ਕਰਤਾ ਜੀ ਹਾਂ ਕਿਸਨਾ ਕਿਸਨਾ ਕਿਸਨੇ ਡਾਕੂ ਨੇ ਕਰਵਾਈ ਹੈ ਇਹਦਾ ਉਹਨਾਂ ਦਿਨਾਂ 'ਚ 500 ਰੁਪਇਆ ਨਕਦ ਦੇ ਨਾਮ ਲੱਖਾਂ ਵਰਗਾ ਸੀ ਅਜਿੰਦੇ ਵਰਗਾ ਜੀ 500 ਰੁਪਇਆ ਨਕਦ ਦੇ ਨਾਮ ਤੇ ਸੋਨੇ ਦੇ ਕੰਗਣਾਂ ਦੀ ਜੋੜੀ ਜਿਹੜਾ ਕਿਸੇ ਨੇ ਉਹਨੂੰ ਗ੍ਰਿਫਤਾਰ ਕਰਵਾਵੇ ਠੀਕ ਹੈ ਨਾਮ ਰੱਖਦਾ ਇਹ ਨਾਮ ਰੱਖਦਾ ਅੰਗਰੇਜ਼ ਸਰਕਾਰ ਨੇ ਜੀ ਡੋਗਰ ਕਹਿੰਦਾ ਇਹ ਨਾਮ ਪਹਿਲੀ ਇਹ ਬਹੁਤ ਵਾਰ ਤੇ ਲਿਆ ਆਪਾਂ ਨੇ ਸਮਾਂ ਰਹੇ ਜੂ ਆ ਵੀ ਨਹੀਂ ਕੱਲ ਨੂੰ ਆਪਾਂ ਨੂੰ ਵੀ ਇਹ ਤੰਕ ਕਰੂਗਾ ਵੀ ਕਰੂਗਾ ਨਵੇਂੜੀ ਆ ਭਰਾ ਹਾਂ ਨਾ ਤੇਰੇ ਨਾਲ ਜ਼ਿਆਦਾ ਚੜਾਈ ਹੁੰਦੀ ਜਾਂਦੀ ਆ ਇਹਦੀ ਹਾਂਜੀ ਇਹਨੂੰ ਫੜਾ ਇੱਕ ਕਮਜ਼ੋਰੀ ਸੀ ਕਿਸੇ ਨੇ ਜੇ ਸ਼ਰਾਬ ਪੀਂਦੀ ਜਿਉਣਾ ਮੋੜ 'ਚ ਨਹੀਂ ਆਈ ਸੀ ਠੀਕ ਹੈ ਜੀ ਜਿਉਣਾ ਨਾ ਜਿਉਣਾ ਮੋੜ ਨਾ ਸ਼ਰਾਬ ਪਿੰਦਾ ਸੀ ਨਾ ਕਬਾਬ ਖਾਂਦਾ ਸੀ ਠੀਕ ਹੈ ਜੀ ਕਿਸਨੇ ਰੈਣਾ ਦੇਵੀ ਮਾਤਾ ਦਾ ਉਪਾਸ਼ਕ ਹੋਣ ਕਰਕੇ ਮਾਤਾ ਨੂੰ ਵੈਸ਼ਨੂ ਸੀ ਵੈਸ਼ਨੂ ਸੀ ਕਿਸਨੇ ਦੀ ਇਸ ਕਮਜ਼ੋਰੀ ਦਾ ਫਾਇਦਾ ਉਠਾਇਆ ਡੋਗਰ ਨੇ ਇੱਕ ਦਿਨ ਸ਼ਰਾਬ ਪਿਲਾ ਕੇ ਮਧੋਹੋਸ਼ ਬਣਾ ਕੇ ਮੰਜੇ ਤੇ ਲਟਾ ਗਿਆ ਏ ਵੀ ਦੱਸਿਆ ਇੱਕ ਬਜ਼ੁਰਗ ਨੇ ਕਹਿੰਦੇ ਸੰਗਲ ਆ ਗਿਆ ਤਾਂ ਕਿਸੇ ਪਾਸੇ ਜਾ ਨਾ ਸਕੇ ਠੀਕ ਹੈ ਜੀ ਉਹਦੇ ਕੋਲੇ ਲਾਲ ਘੋੜੀ ਸੀ ਜੀ ਲਾਲ ਘੋੜੀ ਤੇ ਬੁੱਢਾ ਢਾਡੇ ਜਾ ਕੇ ਪੁਲਿਸ ਤੇ ਚੜਾ ਕੇ ਆ ਕੇ ਘਰੋਂ ਗ੍ਰਿਫਤਾਰ ਕਰਵਾ ਦਾਂਗੇ ਜਿਵੇਂ ਉਹ ਫਿਲਮਾਂ 'ਚ ਦਿਖਾਇਆ ਵੀ ਹੋਇਆ ਜੀ ਉਹ ਚੀਜ਼ ਠੀਕ ਹੈ ਜੀ ਤੇ ਘਰੋਂ ਕਰਾਤਾ ਗ੍ਰਿਫਤਾਰ ਉਹਦਾ ਕਿਸੇ ਨੇ ਦੀ ਬਾਤ ਚੱਲੀ ਨਾ ਠੀਕ ਹੈ ਜੀ ਪਰ ਉਹਨੇ ਇੱਕ ਚਿਤਾਵਨੀ ਦਿੱਤੀ ਕਹਿੰਦਾ ਉਹ ਸੱਤ ਮਣਿਆਂ ਗਦਾਰਾ ਸੱਤ ਮਣ ਵਜਨ ਸੀ ਠੀਕ ਹੈ ਜੀ ਡੋਗਰ ਦਾ ਡੋਗਰ ਦਾ ਸੱਤ ਮਣ ਉਹ ਵੀ ਕਹਿੰਦਾ ਕੌਣ ਸੀ ਹਾਂ ਠੀਕ ਹੈ ਜੀ ਬਹੁਤ ਤਗੜਾ ਗੋਰਾ ਸ਼ੋ ਸੱਤ ਦਾ ਇਹਦੀ ਚਾਦਰਾਂ ਬੰਦਾ ਹੁੰਦਾ ਐਡਾ ਜਵਾਨ ਸੀ ਡੋਗਰ ਠੀਕ ਹੈ ਜੀ ਉਤੋਂ ਹੰਸਲਾ ਦਾ ਵਿੱਚੋਂ ਕਾਂ ਨਿਕਲ ਗਿਆ ਠੀਕ ਹੈ ਜੀ ਤੇ ਕਹਿੰਦਾ ਉਹ ਸੱਤ ਮਣਿਆਂ ਗਦਾਰਾ ਲੋਭੀ ਯਾਰਾ ਤਾਂ ਜੋ ਗਦਾਰੀ ਕੀਤੀ ਮਿੱਤਰਮਾਰ ਕੀਤੀ ਜੀ ਜੇ ਸਾਡਾ ਕੋਈ ਪਰਵਾਰ ਦੇ ਵਿੱਚ ਅਣਖੀ ਜੰਮ ਪਿਆ ਮੇਰਾ ਵੀਰ ਜਿਉਣਾ ਮੈਨੂੰ ਇਉਂ ਲੱਗਦਾ ਵੀ ਬਣੂਗਾ ਕੁਛ ਉਹ ਤਾਂ ਇਥੋਂ ਬਦਲਾ ਲੈਣ ਆਉ ਅਸੀਂ ਸ਼ੀਣੀ ਮਾਂ ਦੇ ਸ਼ੇਰ ਆ ਠੀਕ ਹੈ ਜੀ ਜਿਉਣਾ ਛੋਟਾ ਵੀਰ ਮੇਰਾ ਜਿਉਣਾ ਛੋਟਾ ਵੀਰ ਮੇਰਾ ਯਾਦ ਰੱਖਿਓ ਕਮੀਨਿਆਂ ਯਾਦ ਰੱਖੀ

ਜ਼ਹਿਰੀਲਾ नाग ਬਣ ਕੇ ਤੈਨੂੰ ਡੰਗਣ ਆਉਗਾ ਜ਼ਹਿਰੀਲਾ नाग ਬਣ ਕੇ ਉਹ ਤੈਨੂੰ ਡੰਗਣ ਆਉਗਾ ਠੀਕ ਹੈ ਜੀ ਠੀਕ ਹੈ ਜੀ ਮਤਲਬ ਫਿਰ ਡੋਗਰ ਦੀ ਗਦਾਰੀ ਨਾਲ ਕਿਸ਼ਨਾ ਫਿਰ ਕਿੱਥੇ ਭੇਜਿਆ ਜੇਲ ਮਤਲਬ ਜਾ ਹਾਂ ਕਾਲੇ ਪਾਣੀ ਕਾਲੇ ਪਾਣੀ ਕਾਲੇ ਪਾਣੀ ਮੱਛਰ ਬਹੁਤ ਹੁੰਦਾ ਮੱਛਰੇ ਮਾਰ ਦਿੰਦਾ ਬੰਦੇ ਨੇ ਉੱਥੇ ਅੱਛਾ ਮੱਛਰ ਨਾਲ ਹੀ ਲੜਨਾ ਕਿਸ਼ਨਾ ਮੈਂ ਪਹਿਲਾਂ ਵੀ ਦੱਸ ਚੁੱਕਿਆ ਵੀ ਲੋਹੇ ਲੋਹ ਪੁਰਸ਼ੇ ਸੀ ਹੁੰਦਾ ਇੱਕ ਤਰ੍ਹਾਂ ਦਾ ਠੀਕ ਹੈ ਮੱਛਰੇ ਮਰੀ ਜਾਂਦਾ ਡਾਂਸੇ ਮਰੀ ਜਾਂਦਾ ਕਿਸੇ ਨੇ ਲੜ ਲੜ ਕੇ ਠੀਕ ਹੈ ਜੀ ਪਰ ਕਿਸੇ ਨੇ ਨਹੀਂ ਅਸਰ ਕਿਸੇ ਨੇ ਕੁਝ ਨਹੀਂ ਕੋਈ 20 ਸਾਲ ਦੇ ਲਗਭਗ ਰਿਹਾ ਕਿਸਨਾ ਉੱਥੇ ਜੇਲ੍ਹ 'ਚ ਹਾਂ ਕਾਲੇ ਪਾਣੀ ਦੇ ਉਹ ਆਪਾਂ ਵਾਪਸ ਕਿਵੇਂ ਆਏ ਉੱਥੋਂ ਤੇ ਇਹ ਵੀ ਦੱਸਾਂਗੇ ਸਾਡੇ ਪਿੰਡ ਦਾ ਚੌਤਰਾ ਚਾਤਰ ਸੂ ਚਾਤਰ ਸੂ ਜੀ ਜੱਟ ਸੀ ਉਹ ਨਾ ਕਿ ਮਾਜਵੀ ਠੀਕ ਹੈ ਜੀ ਮਾਜਵੀ ਸਿੱਖ ਨਹੀਂ ਸੀ ਜੱਟ ਸੀ ਜੱਟ ਸੀ ਸਾਡੇ ਬਜ਼ੁਰਗਾਂ ਨੇ ਦੱਸਿਆ ਵੀ ਅੱਡੇ ਅੱਡੇ ਗੋਡੇ ਹੁੰਦੇ ਚਾਤਰੇ ਦੇ ਠੀਕ ਹੈ ਜੀ ਜੱਟ ਸੀ ਅੱਡੀ ਅੱਡੀ ਅੱਖਾਂ ਹੁੰਦੀਆਂ ਲਾਲ ਲਾਲ ਗੋਰਾ ਸ਼ੋਹ ਰੰਗ ਬਹੁਤ ਵੱਡਾ ਬੰਦਾ ਕਹਿੰਦੇ ਅਸੀਂ ਡਰ ਜਾਂਦੇ ਸਾਡੇ ਬਜ਼ੁਰਗ ਕਹਿੰਦੇ ਉਹਨੂੰ ਦੇਖ ਕੇ ਵੀ ਕਿੱਡਾ ਬੰਦਾ ਹੈ ਅੱਛਾ ਜੀ ਹਾਂ ਸ਼ੀਦੀ ਲਵੇ ਨਹੀਂ ਲੱਗਦੇ ਸੀ ਕਹਿੰਦੇ ਠੀਕ ਹੈ ਜੀ ਉਹ ਉਹ ਵੀ ਕਾਲੇ ਪਣ ਗਿਆ ਸੀ ਫਿਰ ਕਿਸ਼ਨਾ ਤੇ ਚਾਤਰਾਂ ਕਾਲੇ ਪਾਣੀੋਂ ਤੋਂ ਆ ਗਏ ਸੀ ਅੱਛਾ ਜੀ ਕਿਸ਼ਨਾ 5 ਸਾਲ ਖੇਤੀ ਕਰਦਾ ਰਿਹਾ ਕਿਥੇ ਉਸ ਤੋਂ ਬਾਅਦ 20 ਸਾਲ ਨੂੰ ਤੋਂ ਬਾਅਦ ਠੀਕ ਹੈ ਜੀ 5 ਸਾਲ ਖੇਤੀ ਕਰਿਆ ਫਿਰ ਸੱਪ ਲੜਨ ਨਾਲ ਉਹਦੀ ਮਰਤੂ ਹੋਈ ਤੇ ਅੱਛਾ ਕਿਸ਼ਨੇ ਦੀ ਆਮ ਜੀਵਨ ਜਿਉਣ ਲੱਗਿਆ ਸੀ ਆਕੇ ਆਮ ਜਿਵੇਂ ਆਪਾਂ ਨਾਰਮਲ ਖੇਤੀ ਕਰਦੇ ਆ ਕਿਸ਼ਨਾ ਆਪਣੇ ਗੁਰੂ ਘਰ ਰਹਿਣ ਲੱਗਿਆ ਇੱਥੇ ਬਾਬਾ ਦੂਤਾ ਧਰਜੀ ਦਾ ਡੇਰਾ ਹੁੰਦਾ ਠੀਕ ਹੈ ਜੀ ਗੁਰੂ ਦਾ ਘਰ ਬਣਿਆ ਹੋਇਆ ਏਸੇ ਦੇ ਨਾਂ ਲਵਾਤੇ ਸੀ 5 ਕਿਲੇ ਕੱਚਾ ਦਰੇ ਨੇ ਆਕੇ ਠੀਕ ਕਿਸ਼ਨੇ ਦੇ ਨਾਂ ਇੱਥੇ ਰਹਿੰਦਾ ਫਿਰ ਆਪਣੇ ਢੇਰੇ ਤੇਰੇ ਦੇ ਨਾਂ ਉਹ ਗੁਰੂ ਘਰ ਦੇ ਨਾਮ ਗੁਰੂ ਘਰ ਦੇ ਨਾਮ ਤੇ ਫਿਰ ਉਹ ਕਿਸੇ ਆਪਣੇ 30 ਜਾਂ ਤਰ੍ਹਾਂ ਦੇ ਚਲੇ ਗਿਆ ਜਿਉਂਨੇ ਮੋੜ ਤੋਂ ਕੋਈ 30 35 ਸਾਲ ਬਾਅਦ ਜਿਉਂਦਾ ਰਿਹਾ ਚਤਰਾ ਅੱਛਾ ਜੀ ਉਹਨੇ ਹੀ ਦੱਸਿਆ ਸਾਡੇ ਬਜ਼ੁਰਗਾਂ ਨੂੰ ਗੱਲਾਂ ਵੀ ਅਸੀਂ ਓਹ ਕੀਤਾ ਅਸੀਂ ਓਹ ਕੀਤਾ ਮਤਲਬ ਸਭ ਤੋਂ ਬਾਅਦ ਜਿਹੜਾ ਇਸ ਟ੍ਰੀਨ ਨੂੰ ਅੱਗੇ ਭੇਜਣ ਵਾਲਾ ਹਾਂ ਉਹ ਚਤਰਾ ਹੈ ਉਹ ਚਤਰਾ ਚਤਰੇ ਕੋਲੇ ਸਾਰਾ ਇਤਿਹਾਸ ਸਾਂਭਿਆ ਹੋਇਆ ਸੀ ਠੀਕ ਹੈ ਜੀ ਉਹਨੂੰ ਸੁਣਾਉਣ ਦੀ ਰੁਚੀ ਰਹਿੰਦੀ ਸਾਡੇ ਉਦੋਂ ਜਿਹੜੇ ਬਜ਼ੁਰਗ ਉਹਨਾਂ ਨੌਜਵਾਨ ਇਥੇ ਬੱਚੇ ਇਥੇ ਉਹਨਾਂ ਨੂੰ ਰੁਚੀ ਰਹਿੰਦੀ ਜਿਵੇਂ ਬਾਤਾਂ ਪਾਉਂਦੇ ਹੁੰਦੇ ਹਾਂਜੀ ਹੈਨਾ ਤੇ ਫਿਰ ਉਹ ਕਿਸੇ ਤੀਰਥ ਯਾਤਰਾ ਦੇ ਚੱਲ ਗਿਆ ਫਿਰ ਮੁੜਿਆ ਨਹੀਂ ਕਹਤਰਾ ਮੁੜਿਆ ਨਹੀਂ ਹਾਂਜੀ ਤੇ ਬਜ਼ੁਰਗ ਉਹ ਵਿੱਚ ਤਾਂ ਮੁੜ ਚੇ ਤੇ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਜੇ ਹੁਣ ਗੱਲ ਕਰੀਏ ਜੀ ਫਿਰ ਜਿਉਣੇ ਮੋੜ ਦੀ ਜੇ ਗੱਲ ਕਰੀਏ ਵੀ ਇਥੇ ਸਾਡੇ ਦੂਧਾਧਾਰ ਜੀ ਦੇ ਡੇਰੇ ਦੇ ਨਾਲ ਜੀ ਬਾਗ ਸੀ 6 ਕਿੱਲਾਂ ਚ ਬਾਅ ਵਿੱਚ ਬਰਾਤਾਂ ਉਤਰਦੀਆਂ ਉਦੋਂ ਠੀਕ ਹੈ ਜੀ ਉਹ ਜਿਵੇਂ ਹਥਾਨੀਆਂ ਚ ਉਤਰਦੀਆਂ ਤੇ ਡੇਰੇ ਦੇ ਇੱਕ ਮੈਂ ਹੋਰ ਬਾਤ ਦੱਸ ਜਾ ਜੀ ਜਿਉਂ ਨੇ ਜਿਵੇਂ ਸਾਡੇ ਦਾਦੀ ਜੀ ਨੇ ਦੱਸਿਆ ਸੀ ਵੀ ਸੁਮਾ ਵਾਲੀ ਡਾਂਗ ਹੁੰਦੀ ਅ ਦੁੱਧਾ ਧਾਰੀ ਦੇ ਡੇਰੇ ਚ ਗੁਰਮੁਖੀ ਪੜਿਆ ਕਰਦਾ ਸੰਤ ਦੁੱਧਾ ਧਾਰੀ ਜੀ ਮਹਾਰਾਜ ਤੋਂ ਠੀਕ ਹੈ ਜੀ ਜਉਣਾ ਮੌਣ ਅੱਗੇ ਡੇਰਿਆਂ ਚ ਹੀ ਮਿਲਦੀ ਵਿਦਿਆ ਹਾਂ ਮੇਨ ਉਹਦੋਂ ਕਹਿੰਦੇ ਮੰਦਰ ਮਸੀਤਾਂ ਗੁਰਦੁਆਰਿਆਂ ਚ ਹੀ ਮਿਲਣਾ ਹੁੰਦਾ ਜੀ ਤੇ ਚੰਡੀ ਦੀ ਵਾਰ ਜਵਾਨੀ ਜਾਸ ਸੀ ਕੰਠਰਸਤ ਸੀ ਜੋਨੇ ਮੋੜ ਦੇ ਠੀਕ ਹੈ ਜੀ ਰੇਣਾ ਨੇ ਤਾਂ ਉਹ ਅਨਪੜ ਬਣਾਤਾ ਨਾ ਅੱਛਾ ਜੀ ਇਹਨਾਂ ਦਾ ਹਾਂ ਵੀ ਚਿੱਠੀ ਕਿ ਤੋ ਹੋ ਰੇ ਪੜਾ ਲਈ ਠੀਕ ਹੈ ਜੀ ਹੈ ਨਾ ਠੀਕ ਹੈ ਜੀ ਤੇ ਨਾ ਉਹਨੇ ਚਿੱਠੀ ਆਪ ਹੀ ਪੜੀ ਸੀ ਠੀਕ ਹੈ ਜੀ ਤੇ ਉਹ ਗੁਰਮੁਖੀ ਪੜ ਵੀ ਸਕਦਾ ਸੀ ਲਿਖ ਵੀ ਸਕਦਾ ਸੀ ਜਿਹੜੀ ਚਿੱਠੀ ਲਿਖੀ ਅ ਦੋਗਰ ਨੂੰ ਉਹ ਜੋਨੇ ਮੋੜ ਨੇ ਆਪ ਹੀ ਲਿਖੀ ਸੀ ਆਪ ਲਿਖੀ ਸੀ ਆ ਹਾਂਜੀ ਗਾਲੇ ਪਾਣੀਆਂ ਤੋਂ ਰਿਹਾ ਆ ਕੇ ਹੋ ਕੇ ਆ ਰਿਹਾ ਸੀ ਇੱਕ ਬਹੁਤ ਬਹਾਦਰ ਜੱਟ ਸੀ ਜ਼ਿਮੀਂਦਾਰ ਬਹੁਤ ਦਲੇਰ ਬੰਦਾ ਠੀਕ ਹੈ ਜੀ ਉਹ ਵੀ ਗਾਲੇ ਪਾਣੀਆਂ ਰਹਿੰਦੇ ਹਾਇ ਸੀ ਉਹ ਰਿਹਾ ਹੋ ਕੇ ਆ ਰਿਹਾ ਸੀ ਕਿਸਨੇ ਨੇ ਉਹਨੂੰ ਚਿੱਠੀ ਲਿਖਵਾ ਕੇ ਦਿੱਤੀ ਕਹਿੰਦਾ ਉਹਦਾ ਨਾਮ ਸੀ ਥੰਮਣ ਸਿੰਘ ਪੰਗੂ ਪਹਿਲਾਂ ਅਸੀਂ ਮੇਰੇ ਸੋਣ ਚ ਜਾਂ ਸੁਣਾਉਣ ਤੇ ਬਜ਼ੁਰਗਾਂ ਦੇ ਫਰਕ ਰਿਹਾ ਮੈਂ ਘੁੰਮਣ ਸਿੰਘ ਕਹਿੰਦਾ ਰਿਹਾ ਠੀਕ ਹੈ ਜੀ ਕੈਸਟ ਵਿੱਚ ਵੀ ਕਹਿ ਦਿੱਤਾ ਮੈਂ ਘੁੰਮਣ ਸਿੰਘ ਇਹ ਜਿਹੜੀਆਂ ਇੰਟਰਵਿਊ ਹੋਈਆਂ ਉਹ ਲਗਾਤਾਰ ਉਹਦੇ ਵਿੱਚ ਵੀ ਥਮਣ ਸਿੰਘ ਮੇਰੇ ਕੋਲ ਸੰਦੇਸ਼ ਆਇਆ ਉਹਨਾਂ ਦਾ ਵੀ ਨਹੀਂ ਨਹੀਂ ਉਹਦਾ ਨਾਮ ਥਮਣ ਸਿੰਘ ਭੰਗੂ ਸੀ ਥਮਣ ਸਿੰਘ ਭੰਗੂ ਸੀ ਚਲੋ ਉਹ ਤਾਂ ਥਮਣ ਭੰਗੂ ਘਮਣ ਥੋੜਾ ਜਿਹਾ ਉਹ ਬੋਰਚਾ ਹਾਂ ਉਹ ਤਾਂ ਰਹਿ ਜਾਂਦਾ ਜੀ ਕਿਤੇ ਸੁਣਨ ਦੇ ਵਰਕ ਰਹਿ ਗਿਆ 1921 ਦਾ ਫਰਕ ਰਹਿ ਜਾਂਦਾ ਸੀ ਚਲੋ ਆਪਾਂ ਨੂੰ ਫਲੇੜੇ ਵਾਲਿਆਂ ਦੀ ਗੱਲ ਸਹੀ ਮੰਨਣੀ ਪਊ ਕਿਉਂਕਿ ਉਹਨਾਂ ਦੇ ਜੋ ਸਿੰਘ ਭੰਗੂ ਉੱਥੋਂ ਰਿਹਾ ਹੋ ਕੇ ਆ ਰਿਹਾ ਸੀ ਕਿਸ ਨੇ ਉਹਨੂੰ ਚਿੱਠੀ ਲਿਖਾ ਦਿੱਤੀ ਵੀ ਜੇ ਸਾਡਾ ਕੋਈ ਜਿਉਂਦਾ ਹੋਇਆ ਤਾਂ ਸਾਡੇ ਪਰਿਵਾਰ 'ਚ ਆਹ ਚਿੱਠੀ ਦੇ ਦੀ ਸਾਡੇ ਫੜਾ ਕੇ ਠੀਕ ਹੈ ਜੀ ਉਹ ਐਡਾ ਤੇ ਯਰ ਦੇਖਿਆ ਐਡਾ ਬਚਨ ਦਾ ਪੱਕਾ ਦੇਖਿਆ ਲੋਕ ਐਸੀ ਐਸੀ ਤੇ ਪਹਿਲਾਂ ਪੱਕੇ ਲੋਕ ਤੇ ਅੱਜ ਕੱਲ ਉਹਨਾਂ ਨੂੰ ਕਮਜੋਰ ਹੋ ਗਿਆ ਅੱਜ ਕੱਲ ਲੋਕ ਕਮਜੋਰ ਹੋ ਗਏ ਹੈਨਾ ਅੱਜ ਕੱਲ ਦਾ ਵਚਨ ਦੀ ਕੀਮਤ ਹੀ ਨਹੀਂ ਜੀ ਉਹ ਪਹਿਲਾਂ ਆਪਣੇ ਜਿਵੇਂ ਇੰਨੇ ਚਿਰ ਬਾਅਦ ਹੋ ਰਿਹਾ ਹੋ ਕੇ ਅਣਸੇ ਆਪਣੇ ਪਿੰਡ ਨਹੀਂ ਗਿਆ ਫਲੇੜੀ ਨਹੀਂ ਗਿਆ ਮੌੜੀਆਂ ਆਇਆ ਪਹਿਲਾਂ ਵੀ ਪਹਿਲਾਂ ਕਿਹਦੇ ਬੋਲ ਪਗਾਉਣਾ ਉਹ ਬੋਲ ਪਗਾਈਏ ਆਪਾਂ ਝੂਠੇ ਪੈ ਜਾਗੇ ਪਰਮੇਸ਼ਰ ਵੱਲੋਂ ਠੀਕ ਹੈ ਜੀ ਹਸਤਾਂ ਦੀ ਲੋਕਾਂ ਦੇ ਬਚਨ ਦੇ ਪੱਕੇ ਆਇਆ ਇੱਥੋਂ ਪਤਾ ਲੱਗਿਆ ਵੀ ਜੌਣਾ ਮੋੜ ਤਾਂ ਅੱਜ ਕੱਲ ਹੰਸ ਡੈਰ ਦੇ ਵੀਰਾਂ ਚ ਰਹ ਰਹੇ ਹੈ ਠੀਕ ਹੈ ਜੀ ਉੱਥੇ ਜੌਣੇ ਮੋੜ ਨੇ ਖੂਬ ਹੀ ਆਵਾਇਆ ਹੋਰ ਬੜੇ ਕੁਲ ਬਏ ਹੈ ਨਾ ਤੇ ਬਹੁਤ ਲੋਕ ਸਮਾਜ ਸੇਵਾ ਦੇ ਬਹੁਤ ਕਾਰਜ ਕੀਤੇ ਕਿਸੇ ਨਾ ਦੱਸਦਾ ਹੁੰਦਾ ਇੱਥੇ ਆਪਾਂ ਵਿਚੋਂ ਦੀ ਕਰ ਜਾਂਦੇ ਆਂ ਸਮਾਂ ਘਾਟ ਆਪਣੇ ਕੋਲੇ ਜੀ ਤੇ ਕਿ ਜਨਾਬ ਦਾ ਦੱਸਦਾ ਹੁੰਦਾ ਕਹਿੰਦਾ 40 50 ਮਣ ਤਾਂ ਦੇਸੀ ਕਿਉ ਮੈਂ ਬੰਡਿਆ ਹੋਊਗਾ ਜਨੇਪੇ ਵਾਲੀਆਂ ਲੜਕੀਆਂ ਨੂੰ ਠੀਕ ਹੈ ਜੀ ਮੈਨੂੰ ਭੇਜਦਾ ਜਾਉਣਾ ਕਿਧਰ ਮੁੜ ਜਿਹੜੇ ਵਿਆਹਾਂ ਚ ਗਰੀਬ ਲੜਕੀਆਂ ਦੇ ਵਿਆਹਾਂ ਚ ਅਸੀਂ ਮਾਇਆ ਦੇ ਕੇ ਆਉਂਦੇ ਰਹੇ ਤੇ ਮੈਂ ਦੇ ਕੇ ਆਉਂਦਾ ਰਿਹਾ ਮੈਨੂੰ ਮੁੜ ਭੇਜਦਾ ਰਿਹਾ ਉਹਨਾਂ ਦੀ ਤਾਂ ਗਿਣਤੀ ਮਿੰਤੀ ਨਹੀਂ ਕੋਈ ਠੀਕ ਹੈ ਜੀ ਕਿੰਨੀਆਂ ਲੜਕੀਆਂ ਬਸਾਈਆਂ ਉਹਦਾ ਹਿਸਾਬ ਕਿਤਾਬ ਹੀ ਨਹੀਂ ਕੋਈ ਕੋਈ ਬਹੁਤਾ ਕਹਿੰਦੇ ਰੋਟੀ ਨਹੀਂ ਖਾਂਦਾ ਸੀ ਜਦੋਂ ਕਿਸੇ ਦਾ ਦੁੱਖ ਸੁਣਨਾ ਦੇ ਜਉਣਾ ਮੋੜ ਇਹ ਕਹਿੰਦਾ ਵੀ ਮੈਂ ਉਦਾਂ ਚਿਰ ਰੋਟੀ ਨਹੀਂ ਖਾਂਦਾ ਜਿੰਨਾ ਚਿਰ ਨਵੇੜਾ ਨਹੀਂ ਕਰਕੇ ਉਹ ਇਸ ਤਰ੍ਹਾਂ ਉਹ ਸਭ ਇਨਾ ਸਮਾਜ ਸੇਵਕ ਸੀ ਠੀਕ ਹੈ ਇਸੇ ਕਰਕੇ ਮਾਲਵੇ ਦਾ ਲੋਕ ਨਾਇਕ ਹੋਰ ਨਿਭੜਿਆ ਠੀਕ ਹੈ ਜੀ ਇਸ ਨੇ ਇਹ ਵੀ ਦੱਸਦਾ ਹੁੰਦਾ ਕਹਿੰਦਾ ਦੁਰਗਾ ਮਾਤਾ ਦਾ ਉਪਾਸ਼ਕ ਹੋਣ ਕਰਕੇ ਜੀ ਚੰਡੀ ਮਾਤਾ ਦਾ ਨਹਿਣਾ ਦੇਵੀ ਮਾਤਾ ਦਾ ਉਪਾਸ਼ਕ ਕਹਿੰਦਾ ਸਾਰੇ ਜਾਂਦੇ ਹੁੰਦੇ ਦੁਰਗਾ ਮਾਤਾ ਦੇ ਆਈ ਸਾਰੇ ਜਾਂਦੇ ਕਹਿੰਦੇ ਜਾਂਦੇ ਸੀ ਜੀ ਚਾਲੇ ਸੌਣ ਦੇ ਇਹ ਅਸੀਕ ਇਹਦੇ ਹੁੰਦਾ ਚਨਾਗਰੇ ਦਾ ਮੱਝ ਵੀ ਸਿੱਖ ਆਤਰਾ ਜਿਹਨੂੰ ਇਹ ਚਾਤਰਾ ਕਹਿੰਦੇ ਨੇ ਠੀਕ ਹੈ ਜੀ ਉਹ ਚਨਾਗਰੇ ਦਾ ਸੀ ਠੀਕ ਹੈ ਜੀ ਨਾਗਰੇ ਦਾ ਮੱਝ ਵੀ ਸਿੱਖ ਆਤਰਾ ਮੋੜੋਂ ਦਾ ਜੱਟ ਯਾਤਰਾ ਹੋ ਗਿਆ ਠੀਕ ਹੈ ਜੀ ਤੇ ਬੁਲਾਟ ਦੇ ਦੋਗੇ ਕਲੀਪੁਰ ਦਾ ਜੱਟ ਦੂ ਲੋ ਠੀਕ ਹੈ ਜੀ ਅ ਇੱਕ ਬਚਨਾ ਪਛਾਦਾ ਇੱਕ ਹੁੰਦਾ ਔਤਾਂ ਵਾਲੀ ਦਾ ਦੇਵਾ ਚੇਲਾ ਉਹਨਾਂ ਦੀ ਆ ਲੈਦੇ ਆ ਚੇਲਾ ਮੌੜ ਦਾ ਕੋਈ ਚੇਲਾ ਨਹੀਂ ਸੀ ਉਹ ਠੀਕ ਹੈ ਜੀ ਆ ਲੈ ਉਹਨਾਂ ਦੀ ਦੇਵਾ ਚੇਲਾ ਦੇਵਾ ਚੇਲਾ ਇਹ ਕਹਿੰਦੇ ਸੀ 13 14 ਜਣੇ ਹੁੰਦੇ 14 15 ਮਸ ਲਗਭਗ ਜੀ ਮਾਲਾ ਗਰੁੱਪ ਹੁੰਦਾ ਨਾ ਉਹ ਜਿਸ ਦਿਨ ਚਿੱਠੀ ਆਈ ਠੀਕ ਹੈ ਜੀ ਥੰਮਨ ਸਿੰਘ ਭੰਗੂ ਨੇ ਮੌੜੇ ਪਹੁੰਚ ਕੇ ਦਿੱਤੀ ਮੌਣਾ ਤੋਂ ਭੇਜਿਆ ਗਿਆ ਉਹਨੂੰ ਜਿੱਥੇ ਹਸਦੇਹਰ ਹਰਿਆਣੇ ਚ ਜੀ ਆਪਣੇ ਖਨੌਰੀ ਤੋਂ ਗਏ ਹਾਂਜੀ ਜਾ ਤਰਾ ਕਹਿੰਦਾ ਮੈਂ ਕਿਕਰ ਤੇ ਬੈਠਾ ਸੀ ਬੰਦੂਕ ਲਈ ਠੀਕ ਹੈ ਜਦੋਂ ਐ ਉਹ ਹੱਥ ਉੱਪਰ ਕਰੇ ਹੋਏ ਐ ਜਿਵੇਂ ਆਪਣਾ ਆ ਆਤਮ ਸਮਰਪਣ ਕਰੀਂਦਾ ਹੈ ਕਾਗਜ਼ ਕੋਲੇ ਹੈ ਚਿੱਠੀ ਦੇ ਹੱਥ ਤੇ ਕਹਿੰਦਾ ਮੈਂ ਲਲਕਰਾ ਮਾਰਿਆ ਉਹਨੂੰ ਜਰਾ ਕਹਦਾ ਕੌਣਾ ਬਈ ਗੋਲੀ ਮਾਰੂ ਮੈਂ ਉਹ ਕਹਿੰਦਾ ਮੈਂ ਤੁਹਾਡੇ ਹੀ ਬੰਦਾ ਆ ਚਿੱਠੀ ਲੈ ਕੇ ਆਇਆ ਕਾਲੇ ਪਾਣੀ ਤੋਂ ਕਿਸ਼ਨ ਸਿੰਘ ਦੀ ਠੀਕ ਹੈ ਜੀ ਮੈਂ ਫਲੇਡ ਦਾ ਜੱਟ ਥਮਣ ਸਿੰਘ ਆ ਥਮਣ ਸਿੰਘ ਆ ਚਾਤਰਾ ਕਹਿੰਦਾ ਮੈਂ ਕਿਕਰ ਤੋਂ ਉਤਰਿਆ ਜਿਉਨੇ ਮੋੜਾਂ ਦਾ ਸਾਰੇ ਸਾਥੀਆਂ ਦਾ ਥੋੜਾ ਜਿਹਾ ਜਿਹੜਾ ਡੇਰਾ ਹੁੰਦਾ ਉਹ ਅਲੱਗ ਥੋੜਾ ਦੂਰ ਰੱਖਿਆ ਹੁੰਦਾ ਉਹ ਦੂਰ ਰੱਖਿਆ ਸੀ ਇਹ ਤਾਂ ਉਹਨੂੰ ਇੱਕ ਤਨ ਦਾ ਪਹਿਰੇਦਾਰ ਸੀ ਇਹ ਤਾਂ ਪਹਿਰੇਦਾਰ ਗੇਟ ਵਾਲਾ ਵੀ ਵਫਾਦਾਰ ਸੀ ਚਾਤਰਾ ਘਰਾਂ ਚੋਂ ਭਤੀਜਾ ਲੱਗਦਾ ਸੀ ਚਾਤਰਾ ਜਿਹੜੇ ਮੋੜ ਦਾ ਹੁਣ ਚਾਤਰੀ ਦੀ ਬੰਸਾਬਰੀ ਚੱਲ ਰਹੀ ਹੈ ਠੀਕ ਹੈ ਜੀ ਹੁਣ ਉਹੀ ਬਣਾ ਦਾ ਦਿੱਤਾ ਵੀ ਇਹ ਤਾਂ ਉਹੀ ਆਤਰਾ ਆ ਚਾਤਰਾ ਮਜਵੀ ਵਫਾਦਾਰ ਸੀ ਇਹ ਤਾਂ ਸਾਡੇ ਬੋਰਡ ਲੱਗੇ ਹੋਏ ਆਪਣੇ ਤੁਹਾਨੂੰ ਪਤਾ ਹੀ ਪੰਜ ਕਿਲੇ ਜ਼ਮੀਨ ਦੇ ਦਿੱਤੇ ਹੋਏ ਨੇ ਚਾਦਰੇ ਨੇ ਠੀਕ ਹੈ ਠੀਕ ਹੈ ਜੀ ਹਾਂ ਜੀ ਜੀ ਇਹ ਤਾਂ ਹੁਣ ਮੇਰੇ ਕੋਲ ਕਮੈਂਟ ਵੀ ਬਹੁਤ ਹੈ ਬੁਰਾ ਭਲਾ ਵੀ ਲੋਕਾਂ ਨੇ ਕਿਹਾ ਨਹੀਂ ਚਲੋ ਦੁਨੀਆ ਚਾਰ ਨਹੀਂ ਹੁੰਦਾ ਲੋਕਾਂ ਕੋਲੇ ਵੀ ਜਿਹੜਾ ਮੋਲਾਂ ਦੇ ਲੋਕ ਨਹੀਂ ਜਾਣਣਗੇ ਤਾਂ ਹੋਰ ਕੌਣ ਜਾਣੂਗਾ ਸਿੱਧੀ ਜੀ ਗੱਲ ਉਹ ਮੰਨਣ ਨੂੰ ਤਿਆਰ ਨਹੀਂ ਵੀ ਜੱਟ ਹੈਰੀ ਦੀ ਜਤਰਾ ਉਹਦਾ ਮਾਝੀ ਵੀ ਸੀ ਮਾਝੀ ਸਿੱਖ ਆਤਰੇ ਦਾ ਸੀ ਸਾਡੇ ਬਜ਼ੁਰਗਾਂ ਦੇ ਰਸਤੇ ਆ ਠੀਕ ਹੈ ਜੀ ਵੀ ਉਹ ਚਨਾਗਰੇ ਦਾ ਸੀ ਜੀ ਇਹ ਜਦੋਂ ਆ ਕੰਨਾਮਾ ਲੈ ਕੇ ਗਿਆ ਗਾਹ ਮੌੜੀ ਬੈਠੇ ਚਿੱਠੀ ਵੜਾਈ ਮੌੜ ਨੇ ਚਿੱਠੀ ਆਪ ਪੜੀ ਠੀਕ ਹੈ ਜੀ ਇਹ ਸਭ ਗੱਲਾਂ ਨੋਟ ਚਤੁਰੇ ਨੇ ਕਰਵਾਈਆਂ ਅਸੀਂ ਚਿੱਠੀ ਆਪ ਪੜੀ ਚਿੱਠੀ ਆਪ ਪੜੀ ਠੀਕ ਹੈ ਜੀ ਚਤੁਰਾ ਦੱਸਦਾ ਕਹਿੰਦਾ ਬਹੁਤ ਰੋਇਆ ਠੀਕ ਹੈ ਜੀ ਜਉਣਾ ਮੌੜ ਚਿੱਠੀ ਆਪਦੇ ਭਰਾ ਦੀ ਕਹਾਣੀ ਸੁਣ ਕੇ ਬਹੁਤ ਰੋਇਆ ਅਸੀ ਕੰਨੇ ਬਰਾਇਆ ਮਸਾ ਠੀਕ ਹੈ ਜੀ ਉਹਦੇ ਵਿੱਚ ਚਿੱਠੀ ਤੇ ਕੀ ਲਿਖਿਆ ਹੋਇਆ ਉਹ ਥੋੜਾ ਜਿਹਾ ਸੀ ਲਿਖਿਆ ਹੈ ਜੇ ਤੂੰ ਵੀਰ ਮੇਰਾ ਵੈਰ ਲੈ ਲਡੋਗਰ ਤੋਂ ਜੇ ਤੂੰ ਵੀਰ ਮੇਰਾ ਜਿਉਣਿਆ ਵੈਰ ਲੈ ਲਡੋਗਰ ਤੋਂ ਮੈਨੂੰ ਨਸ਼ੇ ਚ ਗिरा ਕੇ ਮਦਹੋਸ਼ ਬਣਾ ਕੇ ਪਾਪੀ ਬੋਡ ਲਾਡੇ ਜਾ ਕੇ ਲਿਆ ਆ ਪੁਲ ਸ ਚੜਾ ਕੇ ਹੋ ਮੈਨੂੰ ਨਸ਼ੇ ਚ ਗिरा ਕੇ ਮਦਹੋਸ਼ ਬਣਾ ਕੇ ਪਾਪੀ ਬੋਡ ਲਾਡੇ ਜਾ ਕੇ ਲਿਆ ਆ ਪੁਲ ਸ ਚੜਾ ਕੇ ਮੇਰਾ ਚੱਲਿਆ ਨ ਜ਼ੋਰ ਦਿੱਤਾ ਕਾਲੇ ਪਾਣੀ ਤੋਰ ਜਿਉਂਦਾ ਰਹੇ ਜੇ ਨੰਗਦਾਰ ਹੋ ਹਰ ਹਉ ਨੂੰ ਤੇਆ ਜੇ ਤੂੰ ਵੀਰ ਮੇਰਾ ਵੈਰ ਲੈ ਲ ਡੋਗਰ ਤੋਂ ਜੇ ਤੂੰ ਵੀਰ ਮੇਰਾ ਜਿਉਣਿਆ ਵੈਰ ਲੈ ਲੈ ਵੈਰ ਲੈ ਲੈ ਜਾ ਵੈਰ ਲੈ ਲੈ ਡੋਗਰ ਤੋਂ ਕੀ ਵਾਤ ਜੀ ਫਿਰ ਕਹਿੰਦੇ ਅਸੀਂ ਪੰਜ ਜਾਣੇ ਕਹਿੰਦੇ ਸੀ ਠੀਕ ਹੈ ਜੀ ਚਾਤਰੇ ਨੇ ਨਾਮ ਵੀ ਦੱਸੇ ਵੀ ਜੀ ਕਿਹੜੇ ਕਿਹੜੇ ਗਏ ਮਾਰਨ ਡੋਗਰ ਨੂੰ ਅੱਛਾ ਜੀ ਕਿਹੜੇ ਕਿਹੜੇ ਜੀ ਕਿਹੜੇ ਕਿਹੜੇ ਗਏ ਜੀ ਉਹ ਸੂਖ ਦੀ ਨੋਕ ਨਾਲਾਂ ਲੀਕ ਮਾਰੀ ਠੀਕ ਜੀ ਠੀਕ ਹੈ ਜੀ ਕਹਿੰਦਾ ਵੀ ਜਿਹੜੇ ਜਿਹੜੇ ਮੇਰੇ ਨਾਲ ਚੱਲਣਗੇ ਮਾਰ ਵੀ ਸਕਦੇ ਆ ਮਾਰ ਵੀ ਸਕਦੇ ਆ ਬਦਲਤਾ ਜੀ ਚੱਲਾਂਗੇ ਭਲੇਣਾ ਹਾਂ ਵੀ ਕੱਲ ਤਾਂ ਨਹੀਂ ਬੋਲਿਆ ਰਾਸਤੇ ਜੀ ਕਟਾਂਗੇ ਰਾਤ ਠੀਕ ਹੈ ਜੀ ਕੱਲ ਨੂੰ ਮਿਲਾਂਗੇ ਕੱਲ ਨੂੰ ਤਾਂ ਦਿਨ ਸ਼ਿਬੜਨ ਤੋਂ ਪਹਿਲਾਂ ਮਾਰਨਾ ਹੈ ਇਹ ਵੀ ਕਰਨ ਕੀਤਾ ਉਹਨੇ ਜਿਵੇਂ ਅਰਜੁਨ ਨੇ ਪ੍ਰਤੀਗਿਆ ਕੀਤੀ ਸੀ ਜੀ ਵੀ ਜੈਦਰਥ ਨੂੰ ਕੱਲ ਨੂੰ ਸ਼ਾਮ ਤੋਂ ਪਹਿਲਾਂ ਮਾਰ ਲੂ ਹਾਂ ਜੀ ਸੂਰ ਸ਼ਿਬੜਨ ਤੋਂ ਪਹਿਲਾਂ ਨਵੇੜ ਦਾਂਗੇ